कुदरत दा निजाम, प्रकृति दा नियम, परमात्मा दा हुक्म, हीरा भावे कितना कीमती है पर मिलता है, निकलता है कोलियां दी खान से। हैरानगी हो जाती है जिथे इतनी कालक कोले ही कोले, हीरे उठों ही मिलते। हीरियां दी प्राप्ति उठों ही संसार विच बेशतर हीरे जिन्होंने जगत को धार्मिक रोशनी दिती, अध्यात्मिक ज्ञान दिता, रब नाल जुड़न दे साधन दिते, मुखलसी दी कालक विच पैदा होए, गरीबी दी दलदल विच पैदा होए, जैसे कमल चिकड़ विच पैदा होंदा है, बड़े महान इस तरह के कमल के फुल जिन्होंने अध्यात्म गुणा नाल माहौल मुअत्तर किया, गरीबी की दलदल विच पैदा हो, मुखलसी की दलदल विच पैदा। जिन्हें भगत बैठे ने धन गुरु ग्रंथ साहिब जी महाराज के अंदर, सिर्फ पीपा जी को छड़ के बाकियों की तो बड़ी मुश्किल नाल उपजीविका ही चलती सी, फिरती सन, मेहनत करते सन, बड़ी मुश्किल नाल रोटी पानी का गुजारा चलता सी। एक गरीबी, दूसरी यतीमी। बचपन दे मां का साया, पिता का साया, दूजी मुफलसी, कि दूजी गरीबी धन का सहारा तो नहीं है, मुफलसी पिता का सहारा भी नहीं, मां की टेक भी कोई नहीं। लेकिन इस मासूम बालक ने उसकी टेक पकड़ी जिदे आसरे से सारा ब्रह्मंड, उसका आसरा पकड़िया जिस तो बाद मनुख कभी बेआसरा होता ही नहीं, बल्कि सारी दुनिया का आसरा बन जाता है। धन गुरु रामदास जी महाराज ने ऐसा ही धन गुरु अमरदास जी महाराज की उंगल पकड़ी, उन्होंने कदम बोसी हासिल हुई और आप अपनी अवस्था इंज बयान करते हैं, हम रुलते फिरते वो बात ना भूल सके। मुबलस भी सी मैं, यतीम भी सी, ना मां ना पिता। बहुत सोहना बयान कर रहे हैं अपनी असलियत, जो हम रीब भी होती मेरे सतगुरा, जो मेरी हालत सी, जो बिद होती उमरी मेरे सतगुरा, सा बिद तुम हर जानो आपे, तुहानू पता मैं की सी। फिर दसदे ने मैं की सी, हम रुलते फिरते को बात ना पूछदा, गुर सतगुर संग की है हम था। कहते ने धन गुरु अमरदास जी महाराज की कृपा, बख्शिश दे पात्र बने, इतने पात्र बने, आप दामाद बने, कि इतों की भारतीय परंपरा के मुताबिक, समाजिक परंपरा के मुताबिक गुरु अमरदास जी महाराज ने पूछ ही लिया तेनू की गई। प्राचीन जमाने ऐसा भी पूछ लेंदे सन, बच्ची बच्चे के आनंद कारज तो बाद करीबन करीबन वक्त कर दिता जाता,
ਪਸ਼ੂ ਦੇ ਮਾਂ ਬਾਪ ਬੱਚੇ ਦੇ ਮਾਂ ਬਾਪ ਦੋਵਾਂ ਕੋਲ ਪੁੱਛਦੇ ਸਨ ਅਸੀਂ ਆਪਣੇ ਕੋਲੋਂ ਤੁਹਾਨੂੰ ਕੀ ਲਈਏ ਤਾਂ ਕਿ ਆਪਣੀ ਜ਼ਿੰਦਗੀ ਬਤੀਤ ਕਰ ਸਕੀਏ। ਇਸੇ ਪਰੰਪਰਾ ਦੇ ਮੁਤਾਬਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਲਿਆ, ਦਸ ਬੇਟੇ ਇਹਨੂੰ ਕੀ ਦੇ ਗਏ ਕੀ ਚਾਹੀਏ। ਤੋ ਗੁਰੂ ਰਾਮਦਾਸ ਜੀ ਮਹਾਰਾਜ ਦੀ ਮੰਗ, ਹਰ ਪ੍ਰਭ ਮੇਰੇ ਬਾਬ ਦਾ, ਹਰ ਦੇਵੋ ਦਾਮ ਮੈਂ ਦਾ, ਹਰ ਕੱਪੜ ਦੇਵ ਹਰ ਸੋਭਾ ਦੇਵ ਜਿਤ ਸਬਰੇ ਮੇਰਾ ਘਰ। ਮੈਨੂੰ ਦਾਜ ਦੇ 'ਚ ਕੁਛ ਦੇਣਾ ਹੈ, ਮੇਰੀ ਉਪਜੀਵਿਕਾ ਮੇਰੀ ਜ਼ਿੰਦਗੀ ਚਲਾਉਣ ਵਾਸਤੇ, ਅਤੇ ਮੇਰੀ ਚੌਲੀ ਦੇ 'ਚ ਪ੍ਰਭੂ ਦਾ ਨਾਮ ਹੀ ਪਾਓ। ਇਸ ਤੋਂ ਪਤਾ ਚੱਲਦਾ ਇਹ ਬਾਲਕ ਬੁੱਢਾ ਪੈਦਾ ਹੋਇਆ ਸੀ, ਜੈਸੇ ਮੈਂ ਕੱਲ੍ਹ ਅਰਜ਼ ਕੀਤੀ ਸੀ। ਕੁਛ ਤਾਂ ਬੱਚਿਆਂ ਦੀ ਤਰ੍ਹਾਂ ਪੈਦਾ ਹੁੰਦੇ ਨੇ, ਬੱਚਿਆਂ ਦੀ ਤਰ੍ਹਾਂ ਹੀ ਮਰ ਜਾਂਦੇ। ਕੁਛ ਬਜ਼ੁਰਗਾਂ ਦੀ ਤਰ੍ਹਾਂ ਜੀਵਦੇ ਨੇ, ਸੰਸਾਰ ਵਿੱਚ ਬਜ਼ੁਰਗ ਹੀ ਵੰਡਦੇ ਨੇ, ਅਤੇ ਸਮੋਂ ਬ੍ਰਹਿਮੰਡ ਦੇ ਬਜ਼ੁਰਗ ਪਰਿਪੂਰਨ ਪਰਮਾਤਮਾ 'ਚ ਲੀਨ। ਕੁਛ ਬੱਚਿਆਂ ਦੀ ਤਰ੍ਹਾਂ ਹੀ ਜੰਮਦੇ ਨੇ, ਬੱਚਿਆਂ ਦੀ ਤਰ੍ਹਾਂ ਹੀ ਮਰ ਜਾਂਦੇ। ਕੀ ਹੋਇਆ, 80-90 ਸਾਲ ਦੀ ਉਮਰ ਹੈ, ਅਕਲ ਕੱਖ ਵੀ ਨਹੀਂ, ਅਜੇ ਵੀ ਤਾਸ਼ ਪਿਆ ਖੇਡ ਰਿਹਾ। ਅਤੇ ਜੇ ਪੁੱਛੀਏ ਕੀ ਕਰ ਰਹੇ ਹਾਂ, ਕਹਿੰਦਾ ਸਮਾਂ ਪਾਸ ਪਏ ਕਰਦੇ ਹਾਂ। ਹੁਣ ਇਸ ਕੋਲ ਪੁੱਛੋ ਸਮਾਂ ਹੈ ਵੀ ਸਹੀ ਰਿਹਾ? ਸਮਾਂ ਪਾਸ ਕਰਦੇ ਨੇ ਬੱਚੇ ਖੇਡ ਕੇ, ਸਮੇਂ ਨੂੰ ਸਫਲ ਕਰਦੇ ਨੇ ਮਹਾਂਪੁਰਸ਼ ਪ੍ਰਭੂ ਦਾ ਨਾਮ ਜਪ ਕੇ ਜਪਾ। ਬੱਚੇ ਦੀ ਪਹਿਚਾਣ ਸਮਾਂ ਪਾਸ ਕਰਨਾ ਹੈ, ਮਹਾਂਪੁਰਸ਼ ਦੀ ਪਹਿਚਾਣ ਸਮੇਂ ਨੂੰ ਸਫਲ ਕਰਨਾ, ਸਮੇਂ ਦੀ ਸਹੀ ਵਰਤੋਂ ਕਰ ਲੈਣੀ, ਸਮੇਂ ਨੂੰ ਸਫਲ ਕਰ ਲੈਣਾ ਹੈ। ਐਸੀ ਇੱਕ ਮਹਾਨ ਸਫਲ ਆਤਮਾ ਦਾ ਅੱਜ ਦੇ ਦਿਨ ਆਗਮਨ ਹੋਇਆ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਣ। ਸਭ ਤੋਂ ਵੱਡਾ ਸੰਸਾਰ ਦਾ ਇਹ ਤੀਰਥ ਰੂਹੇ ਜ਼ਮੀਨ ਦੇ ਐਸਾ ਨਹੀਂ ਹੈ, ਇਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਣ, ਉਹਨਾਂ ਦੀ ਬਖਸ਼ਿਸ਼। ਅੱਜ ਦੇ ਦਿਨ ਜੋ ਮੁਖਵਾਕ ਆਇਆ ਕਿ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਕੌਮ ਦੀ ਇੱਕ ਬਦਕਿਸਮਤੀ ਜ਼ਰੂਰ ਹੈ ਕਿ ਨਨਕਾਣਾ ਸਾਹਿਬ ਜਿੱਥੇ ਸਾਡੇ ਕੋਲ ਚਲਾ ਗਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਅਸਥਾਨ, ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਨਮ ਅਸਥਾਨ ਵੀ ਚਲਾ ਗਿਆ, ਚੂਨਾ ਮੰਡੀ ਲਾਹੌਰ। ਕਿ ਪੰਜਾਬ ਗੁਰੂਆਂ ਦੀ ਧਰਤੀ ਸੀ, ਪੰਜਾਬ ਦੀ ਵੰਡ ਕਿਤੇ ਗੁਰੂਆਂ ਦੀ ਧਰਤੀ ਦੀ ਵੰਡ ਹੋ। 60 ਫੀਸਦੀ ਪੰਜਾਬ ਚਲਾ ਗਿਆ, ਸਿਰਫ 40 ਫੀਸਦੀ ਧਰਤੀ। ਬੜੇ ਬੜੇ ਕੀਮਤੀ ਅਸਥਾਨ, ਭਾਵੇਂ ਅੱਜ ਸਾਨੂੰ 50-55 ਸਾਲ ਹੋ ਗਏ ਨੇ ਅਰਦਾਸ ਕਰਦੇ ਹਾਂ, ਇਹ ਦਾਤਾ ਜਿਹੜੇ ਜਿਹੜੇ ਗੁਰਧਾਮ ਗੁਰਤੀਰਥ ਪੰਥ ਤੋਂ ਵਿਛੋੜੇ ਗਏ ਨੇ, ਉਹਨਾਂ ਦੀ ਸੇਵਾ ਸੰਭਾਵ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਸੁਭਾਵ ਪ੍ਰਾਪਤ ਕਰਾਓ, ਬਖਸ਼ਿਸ਼। ਮੈਂ ਸਰ ਸਮਝਦਾ ਕਿ ਅਰਦਾਸਾਂ ਵਿਅਰਥ 'ਤੇ ਨਹੀਂ ਜਾਣਗੀਆਂ, ਕਿਸੇ ਦਿਨ ਸਾਰਥਿਕ ਹੋਣ, ਇਹ ਬੀਜ ਕਿਸੇ ਦਿਨ ਬ੍ਰਿਕਸ਼ ਬਣੇ। ਇਹ ਜੋ ਰੂਹੇ ਜ਼ਮੀਨ 'ਤੇ ਸਾਰੀ ਦੁਨੀਆ ਦੇ ਗੁਰਦੁਆਰਿਆਂ 'ਚ ਇਹ ਬੀਜ ਜੋ ਅਰਦਾਸ ਦੇ ਰੂਪ ਵਿੱਚ ਬੋਇਆ ਜਾ ਰਿਹਾ, ਨਿਸਫਲ ਨਹੀਂ ਜਾਏਗਾ, ਐਸੀ ਮੇਰੀ ਆਤਮਾ ਕਹਿੰਦੀ ਹੈ। ਪਹਿਲੇ ਪਾਤਸ਼ਾਹ ਜੀ ਨੇ ਅੱਜ ਜੋ ਇੱਕ ਮੁਖਵਾਕ ਬਖਸ਼ਿਸ਼ ਕੀਤਾ, ਇਸ ਦੇ ਵਿੱਚ ਜੋ ਧਨ ਦੇ ਪ੍ਰਭਾਵ ਹੇਠ ਜੀਂਦਾ, ਧਰਮ ਨੂੰ ਕੁਛ ਸਮਝਦਾ ਨਹੀਂ, ਧਰਮ ਤੋਂ ਪ੍ਰਭਾਵਿਤ ਨਹੀਂ,
दो नुक्ते दास दे सुन लेना ते मैं माफी भी मांग लेना। जो सिर्फ धर्म धन तो प्रभावित है, धर्म का उस पर कोई असर नहीं, चाहे वह पढ़ा लिखा है, चाहे वह अनपढ़ है, चाहे उच्ची कुल दे चाहे चाहे छोटी कुल दे चाहे, चोर जरूर हो गए, चोर जरूर। धन का प्रभाव किसनों बेईमान जरूर बना, धन का प्रभाव किसनों चोर जरूर बना, धन का प्रभाव इसनों ठग जरूर बना। धन का ही प्रभाव धर्म का नहीं है, इनू डकैत जरूर बना। और मैनू कहण देना संसार ते चोरां नाल भर गया, डकैतां नाल भर गया, बेईमानां नाल भर गया, भर गया। केवल धन का प्रभाव, अगर धर्म का प्रभाव है तो ये धर्म मनुख नूं संत बना देगा, राजयोगी बना देगा। धर्म उसके जीवन का आधार होगा, धन उसके चरणों की सेवक दासी होगी, ये माया धन उसके वर्तन वलेवे लई होगा। पर धन तो ही प्रभावित है धर्म की कोई गल नहीं कि चोर हो जाए, ये गल वखरी है। हुण इन्हां चोरां नूं कोई शरीफ आखे, कारोबारी आखे, राजनैतिक आखे, कुछ भी आखे, एक वड्डा मुल्क छोटे मुल्क नूं लुट रहे। अगर देखोगे सिर्फ इतना है, कोई एक मनुख नूं लुट रहे है, कोई एक परिवार नूं लुट रहे है, कोई एक कौम नूं लुट रहे है, कोई एक देश नूं लुट रहे है, और रूहे जमीन पे ऐसे भी देश ने जो सारे ही देशों नूं लुट रहे। ताकत ज्यादा है, शक्ति ज्यादा है, लुटन दे ढंग ने वो जिहड़े ढंग ने, किधरे राजनीति कहलांदे ने, किधरे कारोबार कहलांदे ने, बिजनेस कहलांदे ने, किधरे कुछ ते किधरे कुछ। अगर बिजनेस विच बेईमानी है तो उन्हूं बिजनेस कहने की की लोड़ है, कारोबार कहने की की लोड़ है, चोरी। जे राजनीति दे चीना जपती है तो इनू नीति कहने की की लोड़ है, चोरी। धन का ही प्रभाव है, धर्म की कोई गल नहीं। फिर सुन लेना, ये मनुख चोर हो गए।